ਬੰਗਲਾਦੇਸ਼ ਵਿੱਚ ਸੁਪਰੀਮ ਕੋਰਟ ਦੀ ਕੇਰਾਬੰਦੀ ਚੀਫ ਜਸਟਿਸ ਤੇ ਪੰਜ ਜੱਜਾਂ ਵੱਲੋਂ ਅਸਤੀਫਾ ਅਮਨ ਕਾਨੂੰਨ ਦੀ ਸਥਿਤੀ ਨੂੰ ਸੁਧਾਰੋ ਨਹੀਂ ਤਾਂ 8 ਹਾਈਵੇ ਪ੍ਰੋਜੈਕਟ ਰੱਦ ਕਰਾਂਗੇ ਨਿਤਨ ਗੜਕਰੀ ਵਾਇਨਾਡ ਦੇ ਹਾਲਾਤ ਦੇਖ ਕੇ ਪਾਬਕ ਹੋਏ ਪ੍ਰਧਾਨ ਮੰਤਰੀ ਮੋਦੀ ਅਨੰਤ ਨਾਗ ਵਿੱਚ ਅਤਵਾਦੀਆਂ ਨਾਲ ਮੁਕਾਬਲੇ 'ਚ 2 ਜਵਾਨ ਸ਼ਹੀਦ 4 ਜ਼ਖਮੀ ਕਾਂਸੀ ਦਾ ਤਗਮਾ ਜੇਤੂ ਹਾਕੀ ਟੀਮ ਦਾ ਭਾਰਤ ਪੂਜਨ ਤੇ ਪਰਮਾ ਸਵਾਗਤ ਤੇਜਤਬਾਪਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਵਿੱਚ ਤੁਹਾਡਾ ਸਵਾਗਤ ਹੈ ਬੰਗਲਾਦੇਸ਼ ਵਿੱਚ 5 ਅਗਸਤ ਨੂੰ ਸ਼ੇਖ ਹਸਿਨਾ ਦੇ ਅਸਤੀਫੇ ਤੋਂ ਬਾਅਦ ਸ਼ਨੀਵਾਰ ਸੁਪਰੀਮ ਕੋਰਟ ਦੇ ਚੀਫ ਜਸਟਿਸ ਓਬੈਦੁਲ ਹਸਨ ਨੇ ਵੀ ਅਸਤੀਫਾ ਦੇ ਦਿੱਤਾ। ਵਿਖਾਵਾ ਕਰ ਰਹੇ ਵਿਦਿਆਰਥੀਆਂ ਨੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਸ਼ਨੀਵਾਰ ਸਵੇਰੇ ਸੁਪਰੀਮ ਕੋਰਟ ਦੀ ਕੇਰਾਬੰਦੀ ਕਰ ਦਿੱਤੀ ਸੀ। ਵਿਖਾਵਾ ਕਰੀ ਉੱਥੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਸਨ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਜੇ ਜੱਜਾਂ ਨੇ ਅਸਤੀਫਾ ਨਾ ਦਿੱਤਾ ਤਾਂ ਉਨ੍ਹਾਂ ਨੂੰ ਹਸਿਨਾ ਵਾਂਗ ਕੁਰਸੀਆਂ ਤੋਂ ਲਾਹ ਦਿੱਤਾ ਜਾਵੇਗਾ। ਵਿਦਿਆਰਥੀਆਂ ਨੇ ਦੋਸ਼ ਲਗਾਇਆ ਕਿ ਸੁਪਰੀਮ ਕੋਰਟ ਦੇ ਜੱਜਾਂ ਦੀ ਹਸੀਨਾਂ ਨਾਲ ਮਿਲੀ ਭੁਗਤ ਹੈ ਇਸ ਕਾਰਨ ਵਿਖਾਵਾਕਾਰੀਆਂ ਨੇ 1 ਘੰਟੇ ਵਿੱਚ ਜੱਜਾਂ ਦੇ ਅਸਤੀਫੇ ਦੀ ਮੰਗ ਕੀਤੀ ਚੀਫ ਜਸਟਿਸ ਦੇ ਅਸਤੀਫੇ ਪਿੱਛੋਂ 5 ਹੋਰ ਜੱਜਾਂ ਨੇ ਆਪਣੇ ਅਹੁਦੇ ਛੱਡ ਦਿੱਤੇ ਜੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿੱਚ ਸੁਧਾਰ ਨਾ ਹੋਇਆ ਤਾਂ NHAI ਕੋਲ ਸੂਬੇ ਵਿੱਚ 8 ਹਾਈਵੇ ਪ੍ਰੋਜੈਕਟਾਂ ਨੂੰ ਰੱਦ ਕਰਨ ਜਾਂ ਉਹਨਾਂ ਨੂੰ ਬੰਦ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚੇਗਾ ਕੇਂਦਰੀ ਸੜਕੀ ਆਵਾਜਾਈ ਬਾਰੇ ਮੰਤਰੀ ਨਿਤਨ ਗੜਕਰੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੀ ਚਿੱਠੀ ਵਿੱਚ ਇਹ ਚੇਤਾਵਨੀ ਦਿੱਤੀ ਹੈ ਇਹਨਾਂ ਪ੍ਰੋਜੈਕਟਾਂ ਦੀ ਕੁੱਲ ਲੰਬਾਈ 293 ਕਿਲੋਮੀਟਰ ਤੇ ਲਾਗਤ 14288 ਕਰੋੜ ਰੁਪਏ ਹੈ ਗੜਕਰੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਦਿੱਲੀ ਕਟੜਾ ਐਕਸਪ੍ਰੈਸ ਪ੍ਰੋਜੈਕਟਾਂ ਤੇ ਵਾਪਰੀਆਂ ਦੋ ਹਾਲੀਆਂ ਘਟਰਾਮਾਂ ਬਾਰੇ ਜਾਣਕਾਰੀ ਦਿੱਤੀ ਗਈ ਉਨ੍ਹਾਂ 9 ਅਗਸਤ ਦੀ ਆਪਣੀ ਚਿੱਠੀ ਵਿੱਚ ਕਿਹਾ ਕਿ ਜਲੰਧਰ ਜ਼ਿਲ੍ਹੇ ਵਿੱਚ ਵਾਪਰੀ ਇੱਕ ਘਟਨਾ ਦੇਨ ਇੱਕ ਠੇਕੇਦਾਰ ਤੇ ਇੰਜੀਨੀਅਰ ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ। ਭਾਵ ਇਸ ਸਬੰਧੀ ਐਫ ਆਈ ਆਰ ਦਰਜ ਕੀਤੀ ਗਈ ਹੈ ਪਰ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਲੋੜ ਹੈ। ਉਨ੍ਹਾਂ ਲੁਧਿਆਣਾ ਜ਼ਿਲ੍ਹੇ ਦੀ ਇੱਕ ਹੋਰ ਘਟਨਾ ਵੱਲ ਇਸ਼ਾਰਾ ਕੀਤਾ ਜਿੱਥੇ ਬਦਮਾਸ਼ਾਂ ਨੇ ਦਿੱਲੀ ਕਟੜਾ ਐਕਸਪ੍ਰੈਸ ਵੇ ਦੇ ਠੇਕੇਦਾਰ ਦੇ ਪ੍ਰੋਜੈਕਟ ਕੈਂਪ ਤੇ ਹਮਲਾ ਕਰ ਦਿੱਤਾ ਤੇ ਇੰਜੀਨੀਅਰਾਂ ਨੂੰ ਧਮਕੀਆਂ ਦਿੱਤੀਆਂ। ਗਟਕਰੀ ਦਾ ਕਹਿਣਾ ਹੈ ਕਿ ਜੇ ਇਸ ਸਥਿਤੀ ਦੇ ਵਿੱਚ ਸੁਧਾਰ ਨਾ ਹੋਇਆ ਤਾਂ NHAI ਕੋਲ 14288 ਕਰੋੜ ਰੁਪਏ ਦੀ ਲਾਗਤ ਵਾਲੇ 8 ਪ੍ਰੋਜੈਕਟਾਂ ਨੂੰ ਰੱਦ ਕਰਨ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਹੋਵੇਗਾ। ਜ਼ਮੀਨ ਖਿਸਕਣ ਕਣ ਤਵਾ ਹੋਏ ਕੇਰਲ ਦੇ ਵਾਇਨਾਡ ਦੇ ਦੌਰੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੁੱਜੇ ਹਨ। ਇਥੋਂ ਦੇ ਹਾਲਾਤ ਦੇਖ ਕੇ ਉਹ ਕਾਫੀ ਭਾਵਕ ਹੋਏ। ਇੱਕ ਟੈਟਰੀ ਹੋਏ ਸਕੂਲ ਦੌਰਾਨ ਉਨ੍ਹਾਂ ਨੇ ਪੁੱਛਿਆ ਕਿ ਕਿੰਨੇ ਬੱਚਿਆਂ ਨੇ ਆਪਣੀਆਂ ਜਾਨਾਂ ਨੂੰ ਗਵਾ ਦਿੱਤਾ ਨਾਲ ਹੀ ਕਿਹਾ ਕਿ ਇਸ ਕੁਦਰਤੀ ਆਫਤ ਨੇ ਕਈ ਪਰਿਵਾਰਾਂ ਦੇ ਸੁਪਨੇ ਤੋੜ ਦਿੱਤੇ। ਉਨ੍ਹਾਂ ਪ੍ਰਸਤਾਤ ਕੀਤਾ ਕਿ ਕੇਂਦਰ ਸਰਕਾਰ ਜ਼ਮੀਨ ਖਿਸਕਣ ਕੰਡ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਦੇ ਪੁਨਰਵਾਸ ਦੀਆਂ ਕੋਸ਼ਿਸ਼ ਵਿੱਚ ਹਰ ਸੰਭਵ ਮਦਦ ਕਰੇਗੀ। ਪ੍ਰਧਾਨ ਮੰਤਰੀ ਮੋਦੀ ਹਵਾਈ ਫੌਜ ਦੇ ਹੈਲੀਕਾਪਟਰ ਰਾਹੀਂ ਜ਼ਮੀਨ ਖਿਸਕਣ ਕੰਡ ਪ੍ਰਭਾਵਿਤ ਹੋਏ ਚੂਰਲਮਾਲਾ, ਮੁੰਕਈ ਤੇ ਪੁੰਚਰੀ ਮਟਮ ਦਾ ਹਵਾਈ ਸਰਵੇਖਣ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਹੈਲੀਕਾਪਟਰ ਕਲਪੇਟਾ ਦੇ ਇੱਕ ਸਕੂਲ ਵਿੱਚ ਉਤਰਿਆ। ਉੱਥੇ ਉਹ ਜੀਵੀ ਐਚਐਸ ਸਕੂਲ ਬੇਲਰਮਾਲਾ ਪੁਜੇ। ਇਸ ਮੌਕੇ ਤੇ ਉਹ ਟਟੇਰੀ ਹੋਏ ਸਕੂਲ ਨੂੰ ਦੇਖ ਕੇ ਕਾਫੀ ਭਾਵੁਕ ਹੋਏ। ਇਸ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਅਸੀਂ ਉਨ੍ਹਾਂ ਦੇ ਨਾਲ ਹਾਂ। ਕਾਂਗਰਸ ਦਾ ਕਹਿਣਾ ਹੈ ਕਿ ਚੰਗੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਇਨਾਟ ਗਏ ਹਨ। ਅਤੇ ਉਮੀਦ ਹੈ ਕਿ ਉਹ ਮਨੀਪੁਰ ਦਾ ਦੌਰਾ ਕਰਨ ਦੇ ਲਈ ਵੀ ਸਮਾਂ ਕੱਢਣਗੇ ਜੋ ਪਿਛਲੇ 15 ਮਹੀਨਿਆਂ ਤੋਂ ਦੁੱਖ ਚੱਲ ਰਿਹਾ ਹੈ ਕਾਂਗਰਸ ਦੇ ਜਰਨਲਿਸਟ ਕੁਤਰ ਜੈਰਾ ਮਰਵੇਸ਼ ਨੇ ਐਕਸ ਤੇ ਕਿਹਾ ਹੈ ਕਿ ਚੰਗੀ ਗੱਲ ਹੈ ਕਿ ਪ੍ਰਧਾਨ ਮੰਤਰੀ ਮੋਦੀ ਵਾਇਨਾਡ ਦੇ ਦੌਰੇ ਤੇ ਹਨ ਵਾਇਨਾਡ ਇੱਕ ਤਬਾਹਕੁਨ ਤਰਾਸਦੀ ਸੀ ਜੈਰਾ ਮਰਵੇਸ਼ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਸ ਹੈ ਕਿ ਪ੍ਰਧਾਨ ਮੰਤਰੀ ਮੋਦੀ ਮਨੀਪੁਰ ਜ਼ਰੂਰ ਜਾਣਗੇ ਮਨੀਪੁਰ ਦੀ ਜਨਤਾ ਪਿਛਲੇ 15 ਮਹੀਨਿਆਂ ਤੋਂ ਦੁੱਖ ਤੇ ਦਰਦ ਸਹਿ ਰਹੀ ਹੈ ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਦੂਰ ਦਰਾਡੇ ਇਲਾਕੇ ਵਿੱਚਲੇ ਇੱਕ ਜੰਗਲ ਦੇ ਵਿੱਚ ਅਤਵਾਦੀਆਂ ਨਾਲ ਹੋਏ ਮੁਕਾਬਲੇ ਵਿੱਚ ਸੈਨਾ ਦੇ ਦੋ ਜਵਾਨ ਸ਼ਹੀਦ ਹੋ ਗਏ ਜਦੋਂ ਕਿ ਚਾਰ ਹੋਰ ਜ਼ਖਮੀ ਹੋਏ ਹਨ ਇਸੇ ਦੌਰਾਨ ਦੋ ਆਮ ਨਾਗਰਿਕ ਵੀ ਜ਼ਖਮੀ ਹੋਏ ਹਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮੁਕਾਬਲਾ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ਇਲਾਕੇ ਵਿੱਚ ਐਲਾਨ ਗਗਰਮਾਂਡੂ ਜੰਗਲ ਵਿੱਚ ਉਸ ਸਮੇਂ ਵਾਪਰਿਆ ਜਦੋਂ ਉੱਥੇ ਅਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਵੱਲੋਂ ਕੇਰਾਬੰਦੀ ਦੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੰਗਲ ਵਿੱਚ ਲੁਕੇ ਅਤਵਾਦੀਆਂ ਨੇ ਤਲਾਸ਼ੀ ਮੁਹਿੰਮ ਚਲਾ ਰਹੇ ਸੁਰੱਖਿਆ ਬਲਾਂ ਨੂੰ ਦੇਖ ਕੇ ਅੰਨੇਵਾ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਮਗਰੋਂ ਮੁਕਾਬਲਾ ਸ਼ੁਰੂ ਹੋ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਅਤਵਾਦੀਆਂ ਦੀ ਗੋਲੀ ਵਿੱਚ ਸੈਨਾ ਦੇ 6 ਜਵਾਨ ਤੇ 2 ਨਾਗਰਿਕ ਜ਼ਖਮੀ ਹੋਏ ਹਨ ਅਤੇ 2 ਜਵਾਨ ਸ਼ਹੀਦ ਹੋ ਗਏ। ਜੰਮੂ ਕਸ਼ਮੀਰ ਪੁਲਿਸ ਨੇ ਕਠੂਆ ਜਲੇ ਦੇ ਉਚਾਈ ਵਾਲੇ ਇਲਾਕਿਆਂ ਵਿੱਚ ਵਿਖੇ ਗਏ 4 ਅਤਵਾਦੀਆਂ ਨੇ ਸਕੈਚ ਜਾਰੀ ਕਰਕੇ ਉਨ੍ਹਾਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ 20 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਨਾਲ ਹੀ ਅਤਵਾਦੀਆਂ ਨੂੰ ਫੜਨ ਦੇ ਲਈ ਜ਼ਿਲ੍ਹੇ ਦੇ ਜੰਗਲੀ ਇਲਾਕੇ ਵਿੱਚ ਤਲਾਸ਼ੀ ਮਾਇਮ ਸ਼ੁਰੂ ਕੀਤੀ ਗਈ ਹੈ। ਕਠੂਆ ਚ 8 ਜੁਲਾਈ ਨੂੰ ਮਛੇੜੀ ਦੇ ਜੰਗਲੀ ਇਲਾਕੇ ਵਿੱਚ ਸੈਨਾ ਦੀ ਗਸ਼ਤਕਾਰੀ ਟੀਮ ਤੇ ਅਤਵਾਦੀਆਂ ਵੱਲੋਂ ਕਾਤ ਲਗਾ ਕੇ ਹਮਲਾ ਕੀਤਾ ਗਿਆ ਸੀ ਇਸ ਹਮਲੇ ਵਿੱਚ ਇੱਕ ਜੀਸੀਓ ਸਮੇਤ ਪੰਜ ਜਵਾਨ ਸ਼ਹੀਦ ਹੋ ਗਏ ਸਨ ਪੈरिस 올림픽 2024 ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚਣ ਵਾਲੀ ਹਾਕੀ ਟੀਮ ਆਪਣੇ ਦੇਸ਼ ਭਰਤ ਚੁੱਕੀ ਹੈ ਦਿੱਲੀ ਹਵਾਈ ਅੱਡੇ ਤੇ ਵੱਡੀ ਗਿਣਤੀ ਵਿੱਚ ਚਾਹਤਿਆਂ ਨੇ ਟੀਮ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਇਸ ਦੌਰਾਨ ਭਾਰਤੀ ਖਿਡਾਰੀ ਢੋਲ ਨਗਾਰਿਆਂ ਤੇ ਨੱਚਦੇ ਹੋਏ ਨਜ਼ਰ ਆਏ। 파ਰਥ ਨੇ ਸੁਪੇਨੂ 2-1 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਸੀ। ਹਾਲਾਂਕਿ ਜੇਤੂ ਟੀਮ ਦੇ ਸਾਰੇ ਮੈਂਬਰ ਵਾਪਸ ਨਹੀਂ ਆਏ ਕਿਉਂਕਿ ਐਤਵਾਰ ਨੂੰ ਫਰਾਂਸ ਦੀ ਰਾਤ ਧਾਨੀ ਵਿੱਚ ਸਮਾਪਤੀ ਸਮਰੋਹ ਹੈ। 파ਰ ਦੀ ਮੁਹਿੰਮ ਦੇ ਅੰਤ ਤੇ ਸੰਿਆਸ ਲੈਣ ਵਾਲੇ ਗੋਲਕੀਪਰ ਪੀ ਆਰ ਸ਼੍ਰੀਜੇਸ਼ ਨਿਸ਼ਾਨੇਵਾਜ ਮਨੂ ਪਾਕਰ ਦੇ ਨਾਲ ਸਮਰੋਹ ਦੇ ਸਾਂਝੇ ਝੰਡਾ ਵਰਦਾਰ ਹਨ। ਪਾਰੇ ਦੇ ਚੀਫ ਜਸਟਿਸ ਡੀワイ ਚੰਦਰਚੂੜ ਨੇ ਦਰਬਾਰ ਸਾਹਿਬ ਮੱਥਾ ਟੇਕਿਆ ਹੈ ਅਤੇ ਗੁਰੂ ਘਰ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਹੈ। ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਉਹਨਾਂ ਨੂੰ ਮੰਗਵੱਧਰ ਸੌਂਪ ਕੇ ਦੇਸ਼ ਭਰ ਵਿੱਚ ਸਿੱਖਾ ਵਿਰੋਧ ਹੋ ਰਹੇ ਨਫ਼ਰਤੀ ਪ੍ਰਚਾਰ ਨੂੰ ਰੋਕਣ ਦੀ ਮੰਗ ਕੀਤੀ ਹੈ। ਉਹਨਾਂ ਜਲਿਆਂਵਾਲਾ ਬਾਗ ਵਿੱਚ ਸ਼ਹੀਦੀ ਸਮਾਰਕ ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦਾ ਹਵਾਈ ਅੱਡੇ ਤੇ ਸਵਾਗਤ ਕੀਤਾ। ਗੁਰੂਕਾਰ ਮੱਥਾ ਟੇਕਣ ਵਗਰੋ ਚੀਫ ਜਸਟਿਸ ਨੇ ਯਾਤਰੀ ਕਿਤਾਬ ਵਿੱਚ ਲਿਖਿਆ ਕਿ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਅਤੇ ਅਰਦਾਸ ਕਰਨ ਦਾ ਸੁਪਨਾ ਸাকার ਹੋਇਆ ਹੈ। ਦੇਸ਼ ਅਤੇ ਮਨੁੱਖਤਾ ਦੀ ਸੇਵਾ ਵਿੱਚ ਇੱਥੇ ਅਰਦਾਸ ਕਰਨ ਦੇ ਯੋਗ ਹੋਣ ਦਾ ਇੱਕ ਬੜਪਾਗਾ ਪਲ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਪਹਿਲਾ 1975 ਵਿੱਚ ਆਪਣੇ ਪਿਤਾ ਨਾਲ ਗੁਰੂਕਾਰ ਵਿਖੇ ਮੱਥਾ ਟੇਕਣ ਆਏ ਸਨ। ਅੱਜ ਉਹਨਾਂ ਨੇ ਦੂਜੀ ਵਾਰ ਗੁਰੂਕਾਰ ਮੱਥਾ ਟੇਕਿਆ ਹੈ। ਭਾਰਤੀ ਪਹਿਲਵਾਨ ਵਿਨੇਸ਼ ਫਗਾਰ ਦੇ ਸਿਲ버 ਮੈਡਲ ਤੇ ਫੈਸਲਾ ਹੋਣ 13 ਅਗਸਤ ਨੂੰ ਹੋਵੇਗਾ ਇਹ ਜਾਣਕਾਰੀ ਸੀਏਐਸ ਨੇ ਦਿੱਤੀ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਸੀਏਐਸ 9:30 ਵਜੇ ਆਪਣਾ ਫੈਸਲਾ ਸੁਣਾਏਗਾ ਪਰ ਅਦਾਲਤ ਨੇ ਆਪਣਾ ਸਮਾਂ ਸੀਮਾ ਬਦਲ ਦਿੱਤੀ ਬੀਤੇ ਦਿਨ ਅਦਾਲਤ ਨੇ 3 ਘੰਟੇ ਤੱਕ ਸੁਣਵਾਈ ਕੀਤੀ ਸੀ ਇਸ ਦੌਰਾਨ ਵਿਨੇਸ਼ ਵੀ ਵਰਚੂਅਲੀ ਮੌਜੂਦ ਸੀ ਭਾਰਤੀ 올림픽 ਸੰਘ IOA ਵੱਲੋਂ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਵਿਨੇਸ਼ ਦਾ ਪੱਖ ਰੱਖਿਆ ਅਦਾਕਾਰ ਅਰਜੁਨ ਰਾਮਪਾਲ ਨੇ ਆਪਣੇ ਚਹੇਤਿਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਉਹਨਾਂ ਦੇ ਐਕਸ ਅਕਾਊਂਟ ਤੋਂ ਕਿਸੇ ਵੀ ਸੰਦੇਸ਼ ਦਾ ਜਵਾਬ ਨਾ ਦੇਣ ਕਿਉਂਕਿ ਇਹ ਹੈਕ ਹੋ ਗਿਆ ਹੈ ਰਾਮਪਾਲ ਨੇ ਆਪਣੇ ਅਧਿਕਾਰਤ ਇੰਸਟਾਗ੍ਰam ਪੇਜ ਤੇ ਇੱਕ ਪੋਸਟ ਵਿੱਚ ਇਹ ਖਬਰ ਸਾਂਝੀ ਕੀਤੀ ਰਾਮਪਾਲ ਦਾ ਕਹਿਣਾ ਹੈ ਕਿ ਇਹ ਚੰਗੀ ਖਬਰ ਨਹੀਂ ਹੈ ਕਿ ਐਕਸ ਅਕਾਊਂਟ ਮੇਰਾ ਹੈਕ ਹੋ ਗਿਆ ਹੈ ਕਿਰਪਾ ਕਰਕੇ ਕਿਸੇ ਵੀ ਟਵੀਟ ਜਾਂ ਸੰਦੇਸ਼ ਦਾ ਜਵਾਬ ਨਾ ਦਿੱਤਾ ਜਾਵੇ ਹਾਲ ਹੀ ਵਿੱਚ ਪ੍ਰਸਿੱਧ ਗੀਤਕਾਰ ਅਤੇ ਸ਼ਾਇਰ ਜਾਵੈਦ ਅਖਤਰ ਨੇ ਵੀ ਖੁਲਾਸਾ ਕੀਤਾ ਸੀ ਕਿ ਉਹਨਾਂ ਦਾ ਐਕਸ ਅਕਾਊਂਟ ਹੈਕ ਹੋ ਗਿਆ ਹੈ ਤੇ 2024 ਪੈਰਿਸ 올림픽 ਨਾਲ ਜੁੜੀ ਇੱਕ ਪੋਸਟ ਸ਼ੇਅਰ ਕੀਤੀ ਗਈ ਸੀ ਪਰ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਇਹ ਅਕਾਊਂਟ ਹੈਕ ਹੋ ਗਿਆ ਸੀ ਤੇਲੰਗਾਨਾ ਚ ਇੱਕ ਅਧਿਕਾਰੀ ਦੇ ਘਰੋਂ ਇੰਨੀ ਜ਼ਿਆਦਾ ਨਕਦੀ ਬਰਾਮਦ ਹੋਈ ਕਿ ਅਫਸਰਾਂ ਨੂੰ ਨੋਟ ਗਿਣਣ ਦੇ ਵਿੱਚ ਕਾਫੀ ਸਮਾਂ ਲੱਗ ਗਿਆ ਨਜਾਮਾਬਾਦ ਨਗਰ ਨਿਗਮ ਦੇ ਸੁਪਰਡੈਂਟ ਦੇ ਘਰ ਛਾਪੇਮਾਰੀ ਦੌਰਾਨ 6 ਕਰੋੜ 7 ਲੱਖ ਰੁਪਏ ਦੀ ਗੈਰ ਕਾਨੂੰਨੀ ਜ਼ਾਇਦਾਦ ਦਾ ਪਤਾ ਲੱਗਾ ਹੈ ਰਿਪੋਰਟਾਂ ਦਾ ਕਹਿਣਾ ਹੈ ਨਜਾਮਾਬਾਦ ਨਗਰ ਨਿਗਮ ਦੇ ਰੈਵਨਿਊ ਵਿਭਾਗ ਦੇ ਸੁਪਰਡੈਂਡਰ ਨਰਿੰਦਰ ਦੇ ਘਰ ਛਾਪੇਮਾਰੀ ਆ ਤਾਂ ਪਤਾ ਲੱਗਾ ਕਿ ਇਹ ਵਿਅਕਤੀ ਧਨ ਕੁਬੇਰ ਹੈ ਨਰਿੰਦਰ ਦੇ ਘਰ ਦੇ ਨਾਲ ਨਾਲ ਨਗਰ ਨਿਗਮ ਦੇ ਦਫ਼ਤਰ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰਾਂ ਤੇ ਛਾਪੇਮਾਰੀ ਕੀਤੀ ਗਈ ਇਸੇ ਦੌਰਾਨ ਇੱਕ ਹੋਰ ਘਰ ਦੇ ਵਿੱਚੋਂ 2 ਕਰੋੜ 53 ਲੱਖ ਮਿਲੇ ਹਨ ਇਹ ਵੀ ਖੁਲਾਸਾ ਹੋਇਆ ਸੀ ਕਿ ਨਰਿੰਦਰ ਦੀ ਪਤਨੀ ਦੇ ਬੈਂਕ ਖਾਤੇ ਵਿੱਚ 1 ਕਰੋੜ 10 ਲੱਖ ਰੁਪਏ ਜਮ੍ਹਾਂ ਹਨ ਸੀਨੀਅਰ ਆਈਏਐਸ ਅਧਿਕਾਰੀ ਟੀਵੀ ਸੁਮਨਾਥਨ ਨੂੰ ਸ਼ਨੀਵਾਰ ਨੂੰ ਕੈਬਨਟ ਸਕੱਤਰ ਨਿਯੁਕਤ ਕੀਤਾ ਗਿਆ ਉਹ ਅਰਜੀਵ ਗੋਵਾ ਦੀ ਥਾਂ ਲੈਣਗੇ ਤਾਮਿਲਨਾਡੂ ਕੇਡਰ ਦੇ 1987 ਬੈਚ ਦੇ ਆਈਏਐਸ ਅਧਿਕਾਰੀ ਮੌਜੂਦਾ ਸਮੇਂ ਵਿੱਚ ਕੇਂਦਰੀ ਵਿੱਤ ਸਕੱਤਰ ਅਤੇ ਕਾਰੋਬਾਰ ਸਕੱਤਰ ਵਜੋਂ ਸੇਵਾ ਨਿਭਾ ਰਹੇ ਹਨ ਇੱਕ ਸਰਕਾਰੀ ਹੁਕਮ ਵਿੱਚ ਕਿਹਾ ਹੈ ਕਿ ਕੈਬਨਿਟ ਦੀ ਨਿਯੁਕਤੀ ਨੇ ਟੀਵੀ ਸੋਮਨਾਥਨ ਆਈਏਐਸ ਨੂੰ 30 ਅਗਸਤ 2024 ਤੋਂ 2 ਸਾਲਾਂ ਦੇ ਕਾਰਜਕਾਲ ਦੇ ਲਈ ਕੈਬਨਿਟ ਸਕੱਤਰ ਵਜੋਂ ਨਿਯੁਕਤ ਕਰਨ ਨੂੰ ਮਨਜ਼ੂਰੀ ਦਿੱਤੀ ਹੈ। 90 ਮੈਗਾਵਾਟ ਬਿਜਲੀ ਪੈਦਾ ਕਰਨ ਵਾਲਾ ਮਾਧ ਅਤੇ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਫਲੋਟਿੰਗ ਸੋਲਰ ਪ੍ਰੋਜੈਕਟ ਮੱਧ ਪ੍ਰਦੇਸ਼ ਦੇ ਊੰਕਾਰੇਸ਼ਵਰ ਚ ਚਾਲੂ ਹੋ ਗਿਆ। ਸੂਬੇ ਦੇ ਨਵਯੋਨ ਜੋਗ ਊਰਜਾ ਮੰਤਰੀ ਰਕੇਸ਼ ਸ਼ਕਲਾ ਨੇ ਇਹ ਜਾਣਕਾਰੀ ਦਿੱਤੀ ਕਿ 646 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਇਹ ਫਲੋਟਿੰਗ ਸੋਲਰ ਪ੍ਰੋਜੈਕਟ 8 ਅਗਸਤ ਨੂੰ ਚਾਲੂ ਕੀਤਾ ਗਿਆ ਸੀ ਇਸ ਪ੍ਰੋਜੈਕਟ ਨੂੰ 3 ਰੁਪਏ 26 ਪੈਸੇ ਪ੍ਰਤੀ ਯੂਨਿਟ ਦੀ ਦਰ ਨਾਲ 25 ਸਾਲਾਂ ਲਈ ਬਿਲਡ ਅਕਵਾਇਰ ਐਂਡ ਆਪਰੇਟ ਦੇ ਆਧਾਰ ਤੇ ਪ੍ਰਤੀਯੋਗੀ ਟੈਰਫ ਬੋਲੀ ਰਾਹੀਂ ਵਿਕਸਤ ਕੀਤਾ ਗਿਆ ਹੈ ਇਸ ਦਾ ਮਤਲਬ ਇਹ ਹੈ ਕਿ ਇਹ ਪਲਾਂਟ ਬੋਲੀ ਰਾਹੀਂ ਬਿਜਲੀ ਖਰੀਦਣ ਵਾਲੀ ਕੰਪਨੀ ਨੂੰ 3 ਰੁਪਏ 26 ਪੈਸੇ ਦੀ ਦਰ ਨਾਲ ਬਿਜਲੀ ਮੁਹੱਈਆ ਕਰਵਾਏਗਾ। ਇਹ ਫਲੋਟਿੰਗ ਪਾਵਰ ਪਲਾਂਟ ਔਂਕੇਸ਼ਵਰ ਡੈਮ ਦੇ ਬੈਕਵਾਟਰ ਤੇ ਤਿਆਰ ਕੀਤਾ ਗਿਆ ਹੈ। ਇਸ ਨਾਲ ਕਾਫੀ ਫਾਇਦਾ ਹੋਵੇਗਾ। ਇਥੋਪੀਆ ਦੜਾਕ ਤਾਮਿਰਟ ਟੋਲਾ ਨੇ ਸ਼ਨੀਵਾਰ ਨੂੰ ਪੈरिस 올림픽 ਵਿੱਚ ਪੁਰਸ਼ਾਂ ਦੀ ਮੈਰਾਥਨ ਜਿੱਤ ਕੇ ਕੇਨੀਆ ਦਾ ਦਬਦਬਾ ਖਤਮ ਕਰ ਦਿੱਤਾ। ਟੋਲਾ ਨੇ 2 ਘੰਟੇ 6 ਮਿੰਟ 26 ਸਕਿੰਟ ਦਾ ਸਮਾਂ ਕੱਟ ਕੇ 올림픽 ਰਿਕਾਰਡ ਬਣਾਇਆ ਜਦਕਿ ਬੈਲਜੀਅਮ ਦਾ ਬਸ਼ੀਰ ਅਬਦੀ 21 ਸਕਿੰਡ ਪਿੱਛੇ ਰਹਿ ਕੇ ਦੂਜੇ ਸਥਾਨ ਤੇ ਰਿਹਾ ਹੈ ਕੇਨਿਆ ਦਾ ਬੈਂਸਨ ਕਿਪਰਟੋ 34 ਸਕਿੰਡ ਪਿੱਛੇ ਕਾਂਸੀ ਦਾ ਤਗਮਾ ਜਿੱਤਣ ਵਿੱਚ ਸਫਲ ਹੋਇਆ ਹੈ ਇਸ ਮੌਕੇ ਤੇ ਤਮਿਰਤ ਟੋਲਾ ਦਾ ਕਹਿਣਾ ਹੈ ਕਿ ਉਸ ਨੂੰ ਖੁਸ਼ੀ ਹੈ ਕਿ ਉਸ ਨੇ ਇਹ ਖਿਤਾਬ ਆਪਣੇ ਨਾਲ ਕੀਤਾ ਹੈ ਅੰਬਾਨੀ ਪਰਿਵਾਰ ਜਿਸ ਨੇ ਆਪਣੇ ਛੋਟੇ بیٹے ਆਨੰਤ ਲਈ 5454 ਕਰੋੜ ਰੁਪਏ ਦੀ ਵਿਆਹ ਦੀ ਪਾਰਟੀ ਦਾ ਆਯੋਜਨ ਕੀਤਾ ਸੀ ਨੂੰ 2024 ਬਾਰਕਲੇਜ ਪ੍ਰਾਈਵੇਟ ਕਲੈਂਟਸ ਫੋਰਨ ਇੰਡੀਆ ਮੋਸਟ ਵੈਲਿਊਏਸ਼ਨ ਫੈਮਿਲੀ ਬਿਜ਼ਨਸ ਦੀ ਸੂਚੀ ਵਿੱਚ ਪਹਿਲੇ ਸਥਾਨ ਤੇ ਰੱਖਿਆ ਹੈ ਜਦਕਿ ਮਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀ ਲਿਮਟਿਡ ਨੇ 309 ਬਿਲੀਅਨ ਡਾਲਰ 25.75 ਲੱਖ ਕਰੋੜ ਦੇ ਅੰਦਾਜ਼ਨ ਕੀਮਤ ਨਾਲ ਭਾਰਤ ਦੇ ਕੁੱਲ ਘਰੇਲੂ ਉਤਪਾਦ ਜੀਡੀਪੀ ਦੇ ਲਗਭਗ 10% ਨੂੰ ਪਾਰ ਕਰ ਲਿਆ। ਤਾਜ਼ਾ ਰਿਪੋਰਟ ਅਨੁਸਾਰ ਅੰਬਾਨੀ ਪਰਿਵਾਰ ਭਾਰਤ ਦਾ ਸਭ ਤੋਂ ਅਮੀਰ ਅਤੇ ਸਭ ਤੋਂ ਕੀਮਤੀ ਪਰਿਵਾਰ ਹੈ। ਭਾਰਤ ਜੀਡੀਪੀ ਦੇ ਮਾਮਲੇ ਵਿੱਚ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ ਤੇ PPP ਖਰੀਦ ਸ਼ਕਤੀ ਸਮਾਨਤਾ ਦੇ ਮਾਮਲੇ ਵਿੱਚ ਤੀਜਾ ਸਥਾਨ ਹੈ। ਤਾਮਲਨਾਡੂ ਤੋਂ ਕੇਰਲ ਦੇ ਪਲੱਕੜ ਜ਼ਿਲ੍ਹੇ ਵੱਲ ਜਾ ਰਹੇ ਇੱਕ ਵਾਂਚੋਂ ਪੁਲਿਸ ਨੇ ਸ਼ਨੀਵਾਰ ਨੂੰ ਲਗਭਗ 3 ਕਰੋੜ ਰੁਪਏ ਬਰਾਮਦ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਇਹ ਮੁਲਜ਼ਮ ਮਲਪੁਰਮ ਜ਼ਿਰੇ ਦੇ ਅੰਗਾੜੀਪੁਰਮ ਦੇ ਰਹਿਣ ਵਾਲੇ ਹਨ। ਗੋਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਦੀ ਇੱਕ ਟੀਮ ਨੇ ਉਨ੍ਹਾਂ ਦੇ ਵਾਂਚ ਦੀ ਤਲਾਸ਼ੀ ਲਈ ਅਤੇ ਡਰਾਈਵਰ ਦੀ ਸੀਟ ਦੇ ਕੋਲ ਇੱਕ ਡੱਬੇ ਵਿੱਚ ਲੁਕੇ ਹੋਏ 3 ਕਰੋੜ ਬਰਾਮਦ ਕੀਤੇ ਹਨ। ਕਾਂਗਰਸ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ ਮਹਾ ਵਿਕਾਸ ਅਗਾੜੀ ਐਮਬੀਏ ਗੱਠਜੋੜ ਬਲੋ ਮੁੱਖ ਮੰਤਰੀ ਨਿਯਨਾ ਦਾ ਐਲਾਨ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਕੀਤਾ ਜਾਵੇਗਾ ਹਾਲਾਂਕਿ ਸਹਿਯੋਗੀ ਪਾਰਟੀਆਂ ਨੇ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਸ਼ੁਰੂ ਕੀਤੀ ਹੈ ਐਮਬੀਏ ਵਿੱਚ ਕਾਂਗਰਸ ਸ਼ਿਵ ਸੈਨਾ ਯੂਵੀਟੀ ਅਤੇ ਰਾਸ਼ਵਦੀ ਕਾਂਗਰਸ ਪਾਰਟੀ ਸ਼ਰਦ ਚੰਦਰ ਪਵਾਰ ਸ਼ਾਮਲ ਹਨ ਸਤਾਤਰੀ ਗੱਠਜੋੜ ਵਿੱਚ ਭਾਜਪਾ ਸ਼ਿਵ ਸੈਨਾ ਤੇ ਐਨਸੀਪੀ ਸ਼ਾਮਲ ਹਨ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸੁਸੋਦੀਆ ਨੇ ਸ਼ਰੀਬਾਰ ਨੂੰ ਪਾਰਟੀ ਵਰਕਰਾਂ ਤੇ ਲੋਕਾਂ ਨੂੰ ਦੇਸ਼ ਵਿੱਚ ਤਾਨਾਸ਼ਾਹੀ ਵਿਰੁੱਧ ਲੜਨ ਦਾ ਸੱਦਾ ਦਿੱਤਾ ਹੈ। ਦਿੱਲੀ ਆਪਕਾਰੀ ਨੀਤੀ ਮਾਮਲੇ ਵਿੱਚ ਸੁਸੋਦੀਆ ਨੂੰ ਬੀਤੇ ਦਿਨ ਹੀ ਸੁਪਰੀਮ ਕੋਰਟ ਤੋਂ ਜਮਾਨਤ ਮਿਲੀ ਸੀ। ਸੁਸੋਦੀਆ ਨੇ பாஜக ਤੇ ਨਿਸ਼ਾਨਾ ਸਾਧਿਆ ਕਿ ਇਹ ਲੋਕ ਸੰਵਿਧਾਨ ਤੋਂ ਜ਼ਿਆਦਾ ਤਾਕਤਵਰ ਨਹੀਂ। ਸੁਸੋਦੀਆ ਨੇ ਪਾਰਟੀ ਹੈੱਡਕੁਆਰਟਰ ਵਿਖੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਨਾ ਨਾ ਸ਼ਾਈ ਵਿਰੋਧ ਲੜਨਾ ਕਵੇਗਾ ਜੋ ਨਾ ਸਿਰਫ ਨ타ਮਾ ਨੂੰ ਜੇਲਾ ਵਿੱਚ ਰੱਖ ਰਹੀ ਸਗੋ ਨਾਗਰਿਕਾਂ ਨੂੰ ਵੀ ਪਰੇਸ਼ਾਨ ਕਰ ਰਹੀ ਹੈ ਆਮ ਆਦਮੀ ਪਾਰਟੀ ਦੇ ਨੇਤਾ ਨੇ ਦਾਵਾ ਕੀਤਾ ਹੈ ਕਿ ਜਦੋਂ ਉਹ ਜੇਲ੍ਹ ਵਿੱਚ ਸਨ ਤਾਂ ਉਹਨਾਂ ਨੂੰ ਜ਼ਮਾਨਤ ਮਿਲਣ ਦੀ ਚਿੰਤਾ ਨਹੀਂ ਸੀ ਪਰ ਉਹਨਾਂ ਨੂੰ ਇਹ ਦੇਖ ਕੇ ਦੁੱਖ ਹੋਇਆ ਕਿ ਵਪਾਰੀਆਂ ਨੂੰ ਝੂਠੇ ਕੇਸਾਂ ਵਿੱਚ ਜੇਲਾ ਵਿੱਚ ਡਕਿਆ ਗਿਆ ਹੈ 2 ਮਹੀਨੇ ਪਹਿਲਾਂ ਨਮਾਸ਼ਰ ਦੇ ਪਿੰਡ ਕਟਾਂ ਤੋਂ ਕੈਨੇਡਾ ਗਏ 22 ਸਾਲਾ ਨੌਜਵਾਨ ਮਨਜੋਤ ਸਿੰਘ ਦੀ ਪੇਤ ਭਰੀ ਹਾਰਤ ਦੇ ਵਿੱਚ ਕੈਨੇਡਾ ਦੇ ਸਰੀ ਵਿਖੇ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ 2 ਮਹੀਨੇ ਪਹਿਲਾਂ ਪਿੰਡ ਕਟਾ ਤੋਂ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਗਿਆ ਸੀ। ਮਨਜੋਤ ਸਿੰਘ ਜਿੱਥੇ ਰਹਿੰਦਾ ਸੀ ਉੱਥੋਂ ਦੇ ਮਕਾਨ ਮਾਲਕਾਂ ਦਾ ਕਹਿਣਾ ਹੈ ਕਿ ਉਹ ਘਰੋਂ ਬਾਹਰ ਗਿਆ। ਜਦੋਂ ਦੇਰ ਰਾਤ ਵਾਪਸ ਨਹੀਂ ਆਇਆ ਤਾਂ ਉਸਦੇ ਫੋਨ ਤੇ ਰਾਬਤਾ ਕਾਇਮ ਕਰਨਾ ਚਾਹਿਆ ਪਰ ਫੋਨ ਬੰਦ ਸੀ। ਜਦਕਿ ਉਸਦੀ Laash Neelley Park ਚੋਂ ਬਰਾਮਦ ਹੋਈ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੈਨੇਡਾ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੌਤੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਨਾਮ ਅੱਖਾਂ ਨਾਲ ਕਿਹਾ ਹੈ ਕਿ ਮਨਜੋਤ ਸਿੰਘ ਦੀ ਇੱਕ ਭੈਣ ਵੀ ਕੈਨੇਡਾ ਵਿਖੇ ਰਹਿੰਦੀ ਹੈ। ਅੱਜ ਸਮੇਂ ਵਿੱਚ ਕਰਜ਼ਾ ਵੰਡਣ ਦੇ ਮੁਕਾਬਲੇ ਜਮ੍ਹਾਂ ਦੀ ਵਾਧਾ ਧਰਨੇ ਵੱਧ ਰਹੀ। ਬੈਂਕਿੰਗ ਸੈਕਟਰ ਦੇ ਸਾਹਮਣੇ ਇਹ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ। ਵਿੱਤ ਮੰਤਰੀ ਨਿਰਮਲਾ ਸੀ타 ਰਮਨ ਤੇ RBI ਬੋਰਡ ਆਫ ਡਾਇਰੈਕਟਰਜ਼ ਦੀ ਬਜਟ ਤੋਂ ਬਾਅਦ ਰਵਾਇਤੀ ਮੀਟਿੰਗ ਵਿੱਚ ਇਹ ਮੁੱਦਾ ਕਾਫੀ ਚਰਚਾ ਦਾ ਵਿਸ਼ਾਰਿਆ ਮੀਟਿੰਗ ਵਿੱਚ ਵਿੱਤ ਮੰਤਰੀ ਨੇ ਬੈਂਕਾਂ ਨੂੰ ਹਦਾਇਤ ਕੀਤੀ ਕਿ ਉਹਨਾਂ ਨੂੰ ਕੋਰ ਬੈਂਕਿੰਗ ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਜਮਾ ਯੋਜਨਾਵਾਂ ਨੂੰ ਆਕਰਸ਼ਕ ਬਣਾਉਣ ਦੇ ਲਈ ਵੱਧ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ ਵਿੱਤ ਮੰਤਰੀ ਦਾ ਕਹਿਣਾ ਹੈ ਕਿ ਬੈਂਕਾਂ ਨੂੰ ਪਹਿਲਾਂ ਜਮਾ ਯੋਜਨਾਵਾਂ ਨੂੰ ਆਕਰਸ਼ਕ ਬਣਾ ਕੇ ਵੱਧ ਰਾਸ਼ੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਉਸ ਤੋਂ ਬਾਅਦ ਕਰਜਾ ਦੇਣਾ ਚਾਹੀਦਾ ਹੈ ਵਿਗਿਆਨੀਆਂ ਨੇ ਬਿਹਾਰ ਦੇ ਗੈ ਬ੍ਰह्मਜੋਨੀ ਪਹਾੜੀ ਵਿੱਚ ਤਿੰਨ ਔਸ਼ਧੀ ਬੂਟੀਆਂ ਦੀ ਖੋਜ ਕੀਤੀ ਹੈ ਇਹਨਾਂ ਵਿੱਚ ਗੋੜਮਾਰ ਪਿੱਥੇਸੇ ਲੋਬੀਅਮ ਡੋਲਸ ਤੇ ਜੀਜੀਫਾਸ ਜੁਜੂਫਾ ਸ਼ਾਮਲ ਹਨ ਗੋੜਮਾਰ ਕੁਦਰਤੀ ਇਲਾਜਾਂ ਦਾ ਖਜ਼ਾਨਾ ਹੈ ਉੱਥੇ ਦੂਜੀ ਜੜੀ ਬੂਟੀਆਂ ਤੇ ਖੋਜ ਜਾਰੀ ਹੈ ਹਾਲ ਹੀ ਵਿੱਚ ਇੰਟਰਨੈਸ਼ਨਲ ਜਰਨਲ ਆਫ ਕ੍ਰੀਏਟਿਵ ਰਿਸਰਚ ਤੇ ਛਪੇ ਅਧਿਐਨ ਚ ਕਿਹਾ ਗਿਆ ਹੈ ਕਿ ਗੋੜਮਾਰ ਵਿੱਚ ਜਿਮਨੇਮਿਕ ਐਸਰ ਦੀ ਹਾਜ਼ਰੀ ਕਾਰਨ ਉਸ ਨੂੰ ਬਲੱਡ ਸ਼ੂਗਰ ਦੇ ਪੱਧਰ ਨੂੰ ਕੱਟ ਕਰਨ ਦੀ ਆਪਣੀ ਅਨੋਖੀ ਸਮਰੱਥਾ ਲਈ ਜਾਣਿਆ ਜਾਂਦਾ ਹੈ ਖੋਜੀਆ ਦਾ ਕਹਿਣਾ ਹੈ ਕਿ ਵਿਗਿਆਨੀ ਤੇ ਉਦਯੋਗਿਕ ਰਿਸਰਚ ਕਾਉਂਸਲ ਨੇ ਟੈਪਟੀ ਦੀ ਦਵਾਈ BGR34 ਚ ਗੋੜਮਾਰ ਦੀ ਵਰਤੋਂ ਕੀਤੀ ਸੀ ਭਾਰਤੀ ਕਿਸਾਨ ਜੂਨੀਅਨ ਉਗਰਾਹਾਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸਦਕੇ ਤੇ ਸੂਬੇ ਵਿੱਚ 14 ਜ਼ਿਲ੍ਹਿਆਂ ਵਿੱਚ 31 ਥਾਵਾਂ ਤੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਕੇ ਵਿਸ਼ੇਬਵਾਰ ਸੰਸਥਾ ਦੇ ਪੁਤਲੇ ਫੂਕੇ ਗਏ। ਇਸ ਦੌਰਾਨ ਸੈਕੰਡਰਿ ਕਿਸਾਨਾਂ ਵੱਲੋਂ ਸੰਗਰੂਰ ਵਿੱਚ ਵਿਚਾਰ ਰੋਸ ਮਚ ਕਰਦੇ ਆ ਡੀਸੀ ਦਫ਼ਤਰ ਅੱਗੇ ਵਪਾਰ ਸੰਸਥਾ ਦਾ ਪੁਤਲਾ ਫੂਕਦਿਆਂ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਤੇ ਸੂਬਾ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾ ਦਾ ਕਹਿਣਾ ਹੈ ਕਿ ਸਰਕਾਰਾ ਭਾਵੇਂ ਕਿਸੇ ਵੀ ਸਿਆਸੀ ਪਾਰਟੀਆਂ ਦੀਆਂ ਸਤਾ ਵਿੱਚ ਹੋਣ ਪਰ ਹਮੇਸ਼ਾ ਹੀ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਦੇ ਲਈ ਲੋਕਾਂ ਦੇ ਜਨਤਕ ਅਦਾਰੇ ਕੌਡੀਆਂ ਦੇ ਭਾਅ ਵੇਚ ਦਿੰਦੀਆਂ ਹਨ ਸਮੇਂ ਦੀਆਂ ਹਕੂਮਤਾਂ ਦੇਸ਼ ਤੇ ਖਣੇਜ ਪਧਾਰਤ ਲੋਕਾਂ ਦੀਆਂ ਜ਼ਮੀਨਾਂ ਤੇ ਸੜਕਾਂ ਕਾਰਪੋਰੇਟਾਂ ਦੇ ਹਵਾਲੇ ਕਰਦੇ ਹਨ ਜੋ ਕਿ ਠੀਕ ਨਹੀਂ ਹੈ ਉਹਨਾਂ ਦਾ ਇਹ ਸੰਘਰਸ਼ ਲਗਾਤਾਰ ਚੱਲਦਾ ਰਹੇਗਾ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋੜ ਅਧੀਨ ਚੱਲ ਰਹੇ ਪਠਾਨਕੋੜ ਦੇ ਮਾਤਾ ਚੰਦਪੁਰਨੀ ਮੈਡੀਕਲ ਕਾਲਜ ਵਿੱਚ ਐਤਕੀ ਐਮਬੀਬੀਐਸ 150 ਸੀਟਾਂ ਖਾਲੀ ਰਹਿਣ ਦਾ ਖਰਸ਼ਾ ਹੈ बाबा फरी यूनिवर्सिटी ਦੇ ਸੂਤਰਾਂ ਦਾ ਕਹਿਣਾ ਹੈ ਕਿ ਉਕਤ ਮੈਡੀਕਲ ਕਾਉਂਸਲ ਆਫ ਇੰਡੀਆ ਅਤੇ ਯੂਨੀਵਰਸਿਟੀ ਦੀਆਂ ਸ਼ਰਤਾ ਪੂਰੀਆਂ ਨਹੀਂ ਕਰਦਾ ਇਸ ਕਰਕੇ ਚਿੰਤਪੁਨੀ ਕਾਲਜ ਵਿੱਚ ਐਸ ਕੇ ਐਮਬੀਬੀਐਸ ਲਈ ਦਾਖਲੇ ਤੇ ਰੋਕ ਲਾਈ ਗਈ ਹੈ ਪੰਜਾਬ ਦੇ ਵਿੱਚ ਕੁੱਲ 12 ਮੈਡੀਕਲ ਕਾਲਜ ਹਨ ਜਿਨ੍ਹਾਂ ਵਿੱਚੋਂ 6 ਸਰਕਾਰੀ ਅਤੇ 6 ਪ੍ਰਾਈਵੇਟ ਕਾਲਜ ਹਨ ਕਾਂਗਰਸ ਦੇ ਪ੍ਰਧਾਨ ਮਲਕ ਅਰਜਨ ਖੜਗੇ ਨੇ ਅਨਸੂਚਿਤ ਜਾਤੀ ਐਸ ਸੀ ਅਤੇ ਅਨੁਸੂਚਿਤ ਜਨਜਾਤੀ ਐਸਟੀ ਅੰਦਰ ਉਪ ਵਰਗ ਅਤੇ ਕਰੀਮੀ ਲੇਅਰ ਸੰਬੰਧੀ ਸੁਪਰੀਮ ਕੋਰਟ ਦੇ ਫੈਸਲੇ ਪ੍ਰਤੀ ਵਿਰੋਧ ਜਤਾਉਂਦਿਆਂ ਕਿਹਾ ਹੈ ਕਿ ਸਰਕਾਰ ਨੂੰ ਇਹ ਫੈਸਲਾ ਆਉਂਦੇ ਸਾਰ ਹੀ ਇਸ ਨੂੰ ਸੰਸਦ ਰਾਹੀਂ ਖਾਰਜ ਕਰ ਦੇਣਾ ਚਾਹੀਦਾ ਸੀ ਉਹਨਾਂ ਪਾਜਪਾ ਤੇ ਰਾਖਮਾ ਕਰਨ ਖਤਮ ਕਰਨ ਦੀਆਂ ਕੋਸ਼ਿਸ਼ਾਂ ਦਾ ਦੋਸ਼ ਲਾਇਆ ਤੇ ਇਹ ਵੀ ਕਿਹਾ ਕਿ ਕਿਸੇ ਨੂੰ ਕਰੀਮੀ ਲੇਅਰ ਦੇ ਫੈਸਲੇ ਨੂੰ ਮਾਨਤਾ ਨਹੀਂ ਦੇਣੀ ਚਾਹੀਦੀ ਖੜਗੇ ਨੇ ਕਹਿਣਾ ਹੈ ਕਿ ਪਿਛਲੇ ਦਿਨੀ ਸੁਪਰੀਮ ਕੋਰਟ ਦੇ 7 ਜੱਜਾਂ ਨੇ ਇੱਕ ਫੈਸਲਾ ਦਿੱਤਾ ਹੈ ਜਿਸ ਵਿੱਚ ਉਹਨਾਂ ਐਸਐਸਟੀ ਵਰਗਾਂ ਦੇ ਉਪ ਵਰਗ ਦੇ ਨਾਲ ਹੀ ਕ੍ਰੀਮੀ ਲੇਅਰ ਦੀ ਵੀ ਗੱਲ ਕੀਤੀ ਹੈ ਭਾਰਤ ਵਿੱਚ ਦਲਿਤ ਭਾਈਚਾਰੇ ਦੇ ਲੋਕਾਂ ਲਈ ਰਾਖਵਾਕਰਨ ਬਾਬਾ ਸਾਹਿਬ ਦੇ ਪੂਨਾ ਐਕਟ ਰਾਹੀਂ ਮਿਲਿਆ ਸੀ ਬਾਅਦ ਵਿੱਚ ਪੰਡਿਤ ਜਵਾਲਾਲਾ ਨਹਿਰੂ ਅਤੇ ਮਹਾਤਮਾ ਗਾਂਧੀ ਵੱਲੋਂ ਰਾਖਵਾਕਰਨ ਨੀਤੀ ਜਾਰੀ ਰੱਖੀ ਗਈ ਉਹਨਾਂ ਦਾ ਕਹਿਣਾ ਹੈ ਕਿ ਸਿਆਸੀ ਰਾਖਮੀਕਰਨ ਦੇ ਨਾਲ ਹੀ ਸਿੱਖਿਆ ਤੇ ਰੁਜ਼ਗਾਰ ਵਿੱਚ ਰਾਖਮੀਕਰਨ ਇੱਕ ਜ਼ਰੂਰੀ ਮੁੱਦਾ ਸੀ ਪਰ ਹੁਣ एससी एसटी ਦੇ ਲੋਕਾਂ ਨੂੰ ਕ੍ਰੀਮੀ ਲੇਅਰ ਦਾ ਆਕੇ ਰਾਖਮਾ ਕਰਨ ਤੋਂ ਬਾਹਰ ਕੱਢਣਾ ਉਹਨਾਂ ਉੱਪਰ ਇੱਕ ਵੱਡਾ ਹਮਲਾ ਹੈ ਸਿੱਖ ਨੈਸ਼ਨਲ ਕਾਲਜ ਚਰਨ ਕਮਲ ਬੰਗਾ ਦੇ ਐਨ ਐਸ ਐਸ ਯੂਨਿਟ ਵੱਲੋਂ ਪ੍ਰਿੰਸੀਪਲ ਡਾਕਟਰ ਤਰਸੇਮ ਸਿੰਘ ਪਿੰਡੜ ਦੀ ਅਗਵਾਈ ਹੇਠ ਵਾਤਾਵਰਣ ਸ਼ੁੱਧਤਾ ਤੇ ਸਾਂਭ ਸੰਭਾਲ ਦੇ ਲਈ ਇੱਕ ਪੇੜ ਮਾਕੇ ਨਾਮ ਮੋਹਿੰਦਤ ਰੋਖਲਗੋੜ ਦੀ ਮੋਹਮਦ ਦਾ ਆਗਾਜ਼ ਕੀਤਾ ਗਿਆ ਇਸ ਮੌਕੇ ਤੇ ਵਲੰਟੀਅਰਾਂ ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿੱਚ ਬੌਦੇ ਲਗਾਏ ਗਏ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਆਂ ਪ੍ਰਿੰਸੀਪਲ ਡਾਕਟਰ ਤਰਸੇਮ ਸਿੰਘ ਪਿੰਡਰ ਦਾ ਕਹਿਣਾ ਹੈ ਰੁੱਖਾਂ ਦੇ ਮਾਵਾ ਦੀ ਜ਼ਿੰਦਗੀ ਦੇ ਵਿੱਚ ਖਾਸ ਅਹਿਮੀਅਤ ਹੈ ਮਾਂ ਜਿੱਥੇ ਸਾਨੂੰ ਜਨਮ ਦਿੰਦੀ ਹੈ ਉੱਥੇ ਸਾਨੂੰ ਰੁੱਖ ਜੀਵਨ ਬਖਸ਼ਦੇ ਹਨ ਸੋ ਸਾਨੂੰ ਸਭ ਨੂੰ ਆਪਣੀ ਮਾਂ ਦੇ ਨਾਂ ਤੇ ਘੱਟੋ-ਘੱਟ ਇੱਕ ਰੁੱਖ ਜ਼ਰੂਰ ਲਾਉਣਾ ਚਾਹੀਦਾ ਹੈ ਇਸ ਮੌਕੇ ਤੇ ਐਨ ਐਸ ਐਸ ਅਫਸਰ ਪ੍ਰੋਫੈਸਰ ਵਿਪਨ ਅਤੇ ਡਾਕਟਰ ਨਰਮਲਜੀਤ ਕੋਹੜ ਦੇ ਵਿਦਿਆਰਥੀਆਂ ਨੂੰ ਵੱਤਵਤ ਰੋਖ ਲਗਾਉਣਾ ਤੇ ਉਹਨਾਂ ਦੀ ਪਰਵਰਿਸ਼ ਕਰਨ ਦੇ ਲਈ ਵੀ ਪ੍ਰੇਰਿਤ ਕੀਤਾ ਮੈਡੇ ਮੀਲ ਵਰਕਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਜ਼ਿਲਹੰਦਰ ਦੇ ਪ੍ਰਧਾਨ ਕੁਲਵਿੰਦਰ ਕੋਹੜ ਅਮਾਰਤਪੁਰ ਦੀ ਅਗਵਾਈ ਹੇਠ ਜ਼ਿਲਹੰਦਰ ਵਿਖੇ ਪੰਜਾਬ ਸਰਕਾਰ ਕੋਲੋਂ ਮੈਡੇ ਮੀਲ ਵਰਕਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਨ ਦੇ ਵਿਰੋਧ ਵਿੱਚ ਜ਼ਿਲਹੰਦਰ ਸੈਂਟਰਲ ਦੇ ਹਲਕਾ ਵਿਧਾਇਕ ਰਮਨ ਅਰੋੜਾ ਦੇ ਦਫ਼ਤਰ ਸਾਹਮਣੇ ਇਕੱਤਰ ਹੋ ਕੇ ਉਹਨਾਂ ਦੇ ਦਫ਼ਤਰ ਵਿੱਚ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਆਂ ਆਗੂਆਂ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੈਡੇ ਮੀਲ ਵਰਕਰਾਂ ਨਾਲ ਕੀਤੇ ਗਏ ਵਾਅਦੇ ਤੋਂ ਸਰਕਾਰ ਭੱਜਦੀ ਨਜ਼ਰ ਆ ਰਹੀ ਹੈ। ਇੱਕ ਇੱਕ ਕਾਨਫਰੰਸ ਵਿੱਚ ਉਹਨਾਂ ਨਾਲ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਪੰਜਾਬ ਅੰਦਰ ਬਣਦਿਆਂ ਹੀ ਅਸੀਂ ਪਹਿਲ ਦੇ ਆਧਾਰ ਤੇ ਮੈਡੇ ਮੀਲ ਵਰਕਰਾਂ ਦੀ ਤਨਖਾਹ ਦੁੱਗਣੀ ਕਰਾਂਗੇ। 3000 ਤੋਂ 6000 ਕਰਾਂਗੇ ਪਰ ਸਰਕਾਰ ਨੇ ਅਜੇ ਤੱਕ ਸਾਡੀ ਤਨਖਾਹ ਵਿੱਚ ਕੋਈ ਵਾਅਦਾ ਨਹੀਂ ਕੀਤਾ। ਸਗੋਂ ਸਰਕਾਰ ਸਾਨੂੰ ਮੀਟਿੰਗਾਂ ਦੇ ਕੇ ਭਜ ਰਹੀ ਹੈ। ਅੱਜ ਦੇ ਰੋਸ ਵਜੋਂ ਪੂਰੇ ਪੰਜਾਬ ਦੇ ਵਿੱਚ ਅੱਜ ਪੰਜਾਬ ਸਰਕਾਰ ਦੇ ਪੁੱਤਰੇ ਫੁਕੇ ਗਏ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਐਲਾਨ ਕੀਤਾ ਕਿ ਜੇਕਰ ਮੈਡੇ ਮੀਲ ਵਰਕਰਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ 1 ਸਤੰਬਰ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਸਵੈ ਰੈਲੀ ਕੀਤੀ ਜਾਵੇਗੀ ਇਸ ਮੌਕੇ ਤੇ ਡੀਐਮਐਫ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਦੁਸਾਨ, ਕੁਲਵਿੰਦਰ ਸਿੰਘ ਜੋਸਨ, ਜਸਵਿੰਦਰ ਕੌਰ ਚੀਮਾ, ਰਜਨੀ ਸੀਮਾ ਸਾਈਪੁਰ, ਗੀਤਾ ਨੇ ਸੰਬੋਧਨ ਕੀਤਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਜਨਰਲ ਸਕੱਤਰ ਪ੍ਰਤੀ ਪਾਸਿੰਗ ਮਾੜੀ ਮੇਗਾ ਤੇ ਅਮੋਲਕ ਸਿੰਘ ਦਾ ਕਹਿਣਾ ਹੈ ਕਿ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਭਿਆਚਾਰਕ ਵਿੰਗ ਅਤੇ ਇਸ ਵਿੰਗ ਨਾਲ ਜੁੜੇ ਲੇਖਕਾਂ ਸਹਿਤਕਾਰਾਂ ਕਵੀਆਂ ਰੰਗਕਰਮੀਆਂ ਤਰਕਸ਼ੀਲ ਜਮਹੂਰੀਅਤ ਤੇ ਲੋਕਪੱਖੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਗਦਰੀ ਬਾਬਿਆਂ ਦੇ 33ਵੇਂ ਮੇਲੇ ਦੀ ਅਗਸਤ ਮਹੀਨੇ ਤੋਂ ਹੀ ਲਾਮਬੰਦੀ ਪ੍ਰਚਾਰ ਪ੍ਰਬੰਧਕੀ ਅਤੇ ਕਲਾਕਾਰਤਾਂ ਦੀਆਂ ਤਿਆਰੀਆਂ ਸੰਬੰਧੀ ਦੇਸ਼ ਭਗਤ ਯਾਦਗਾਰ ਹਾਲ ਵਿੱਚ ਪ੍ਰਭਾਵਸ਼ਾਲੀ ਮੀਟਿੰਗ ਕੀਤੀ। ਮੇਲੇ ਵਿੱਚ ਲੱਗਣ ਵਾਲੇ ਪੁਸਤਕ ਅਤੇ ਚਤ్రਕਲਾ ਮੇਲੇ ਸਮੇਤ ਤਕਰੀਰਾਂ, ਸੰਵਾਦ, ਕਵਿਤਾਮਾਂ, ਗੀ, ਸੰਗੀਤ, ਫਿਲਮ ਅਤੇ ਨਾਟਕ ਮੇਲੇ, ਕੁਇਜ਼, ਪੇਂਟਿੰਗ, ਗਾਇਨ ਮੁਕਾਬਲੇ ਆਦਿ ਉੱਪਰ ਹਾਜ਼ਰ ਨਮਾਇਦਿਆਂ ਨੇ ਖੁੱਲਕੇ ਵਿਚਾਰਾਂ ਕੀਤੀਆਂ। ਯਾਬਦੇ ਸਰਮੌਰ ਅਤੇ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਜਿਨ੍ਹਾਂ ਨੇ ਸਮੇਂ-ਸਮੇਂ ਪੰਜਾਬੀ ਸਹਿਤ ਦੀ ਝੋਲੀ ਵਿੱਚ ਸਰੋਤਿਆਂ ਦਾ ਪਿਆਰ ਖੱਟਣ ਦੇ ਲਈ ਆਪਣੇ ਨਵੇਂ ਕਿਲੇ ਗੀਤ ਪਾਏ ਹਨ ਉਨ੍ਹਾਂ ਦਾ ਵਿਸ਼ੇਸ਼ ਪ੍ਰੋਗਰਾਮ ਨਿਊਯਾਰਕ ਵਿੱਚ ਕਰਵਾਇਆ ਗਿਆ ਹੈ ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬੀ ਸਰੋਤਿਆਂ ਚਿਹਤਿਆਂ ਕਲਾਕਾਰ ਸਹਿਤ ਪ੍ਰੇਮੀਆਂ ਤੇ ਹੋਰ ਖੇਤਰ ਦੀਆਂ ਪ੍ਰਸਿੱਧ ਸ਼ਖਸੀਤਾਂ ਨੇ ਮੰਗਲ ਹਠੂਰ ਦੀ ਕਲਮ ਤੋਂ ਨਿਕਲੇ ਨਵੇਂ ਗੀਤਾਂ ਸ਼ੇਰਾਂ ਭੋਲਾ ਨੂੰ ਸੰਗੀਤਕ ਅੰਦਾਜ਼ ਵਿੱਚ ਸੁਣ ਕੇ ਵੱਡੀ ਦਾਦ ਦਿੱਤੀ ਇਸ ਮੌਕੇ ਤੇ ਟਿਕਾਣਾ ਕੋਈ ਦਾ ਕਿਤਾਬੀ ਰੂਬਰੂ ਕੀਤੀ ਗਈ। ਮਹਿਫਿਲ ਵਿੱਚ ਨਵੇਂ ਹੋਰ ਕਲਾਕਾਰਾਂ ਨੇ ਵੀ ਕਾਫੀ ਰੰਗ ਮੰਨਿਆ। ਇਸ ਮੌਕੇ ਤੇ ਰਣਜੀਤ ਸ਼ਾਹਕੋਟ, ਨਰੇਸ਼ ਕੁਮਾਰ, ਵਿਸ਼ਾਲ, ਸਰਬਜੀਤ ਸਿੰਘ, ਸਰਬਜੀਤ ਸਿੰਘ ਸਾਭੀ ਲੱਖਾਂ ਕਰਡਾਣਾ, ਹਰਮਨਜੀਤ ਕੰਗ, ਨਵਦੀਪ ਸਾਭੀ ਲੱਖਾ ਅਤੇ ਹੋਰ ਆਏ ਹੋਏ ਸੱਜਣਾ ਦਾ ਪ੍ਰਸਿੱਧ ਗੀਤਕਾਰ ਮੰਗਲ ਹਠੂਰਵਲੋ ਤਲਵਾਰ ਕੀਤਾ ਗਿਆ। ਸੈਕ੍ਰਾਮੈਂਟੋ ਕੈਲੀਫੋਰਨੀਆ ਤੋਂ ਹਸਨ ਅਲੜਵਾ ਬੰਗਾ ਦੀ ਖਬਰ ਅਨੁਸਾਰ ਈਰਾਨ ਨਾਲ ਸਖਤ ਸਬੰਧ ਰੱਖਣ ਵਾਲੇ ਇੱਕ ਪਾਕਿਸਤਾਨੀ ਵਿਰੋਧ ਇੱਕ ਅਮਰੀਕੀ ਰਾਜਨੇਤਾ ਜਾਂ ਸਰਕਾਰੀ ਅਧਿਕਾਰੀ ਦੀ ਹਤਿਆ ਦੇ ਲਈ ਸਾਜ਼ਿਸ਼ ਰਚਣ ਦੇ ਦੋਸ਼ ਆਇਦ ਕੀਤੇ ਗਏ। ਨਿਆਬ ਵਾਕ ਦਾ ਕਹਿਣਾ ਹੈ ਕਿ 46 ਸਾਲਾ ਪਾਕਿਸਤਾਨੀ ਆਸਫ ਮਰਤਨ ਨੂੰ ਗ੍ਰਿਫਤਾਰ ਕਰ ਲਿਆ। ਦائر ਅਪਰਾਧਿਕ ਸ਼ਿਕਾਇਤ ਵਿੱਚ ਕਿਹਾ ਹੈ ਕਿ ਮਾਰਚ ਨੇ 2020 ਵਿੱਚ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਦੇ ਚੋਟੀ ਦੇ ਕਮਾਂਡਰ ਕਾਸਮ ਸੋਲੇਮਾਨੀ ਦੀ ਅਮਰੀਕਾ ਵੱਲੋਂ ਹਮਲੇ ਵਿੱਚ ਹੋਈ ਮੌਤ ਦਾ ਬਦਲਾ ਲੈਣ ਦੇ ਲਈ ਅਮਰੀਕਾ ਵਿੱਚ ਕੁਝ ਲੋਕਾਂ ਨੂੰ ਪਰਤੀ ਕੀਤਾ। ਤਤਕਾਲ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਲੇਮਾਨੀ ਤੇ ਡਰੋਨ ਹਮਲੇ ਦੀ ਪ੍ਰਵਾਨਗੀ ਦਿੱਤੀ ਸੀ। ਸੰਭਾਵਿਤ ਤੌਰ ਤੇ ਇੱਕ ਸਾਬਕਾ ਰਾਸ਼ਟਰਪਤੀ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ ਹਾਲਾਂਕਿ ਅਦਾਲਤੀ ਦਸਤਾਵੇਜ਼ ਵਿੱਚ ਸਾਜ਼ਿਸ਼ ਦੇ ਸੰਭਾਵੀ ਨਿਸ਼ਾਨੇ ਮਰਿਓ ਉਹਨਾਂ ਦਾ ਨਾਂ ਨਹੀਂ ਲਿਖਿਆ। ਸ਼ਿਕਾਇਤ ਅਨਸਾਰ ਮਰਚੰਟ ਦੀ ਇਹ ਕੋਸ਼ਿਸ਼ ਸਿਰੇ ਨਹੀਂ ਚੜ੍ਹ ਸਕੀ ਕਿਉਂਕਿ ਆਪਣੀ ਸਾਜ਼ਿਸ਼ ਨੂੰ ਸਿਰੇ ਚੜਾਉਣ ਲਈ ਮਰਚੰਟ ਨੇ ਮਦਦ ਲੈਣ ਦੇ ਲਈ ਇੱਕ ਵਿਅਕਤੀ ਨਾਲ ਸੰਪਰਕ ਕੀਤਾ ਸੀ ਜੋ ਵਿਅਕਤੀ ਲਾ ਇਨਫੋਰਸਮੈਂਟ ਅਧਿਕਾਰੀਆਂ ਦਾ ਵਫਾਦਾਰ ਸੂਈਆ ਬਣ ਗਿਆ ਸੀ ਅਤੇ ਉਹ ਮਰਚੰਟ ਦੀ ਹਰ ਸਰਗਰਮੀ ਦੀ ਰਿਪੋਰਟ ਅਧਿਕਾਰੀਆਂ ਨੂੰ ਦਿੰਦਾ ਸੀ ਨਿਊਜ਼ੀਲੈਂਡ ਦੇ ਆਕਲੈਂਡ ਤੋਂ ਹਰਜਿੰਦਰ ਸਿੰਘ ਬਸੇਵਾਲਾ ਦੀ ਖਬਰ ਅਨਸਾਰ ਪਾਰ ਦੀ ਰਾਸ਼ਪਤੀ ਮਾਨਜੋਗ ਦਰੁਪਤੀ ਮਰਮੂ ਨੇ ਆਪਣੇ ਤਿੰਨਾਂ ਦੌਰੇ ਦੇ ਆਖਰੀ ਦਿਨ ਆਕਲੈਂਡ ਵਿਖੇ ਇੱਕ ਕਮਿਊਨਿਟੀ ਰਿਸੈਪਸ਼ਨ ਸਮਾਗਮ ਵਿੱਚ ਭਾਰਤੀਆਂ ਦੇ ਲਗਭਗ 500 ਮੈਂਬਰਾਂ ਨੂੰ ਸੰਬੋਧਨ ਕੀਤਾ। ਉਹਨਾਂ ਦੇ ਨਾਲ ਕਟਗੰਟੀ ਮੰਤ్రਾਲੇ ਦੇ ਮੰਤਰੀ ਸ਼੍ਰੀ ਜਾਰਜ ਕੋਰੀਅਨ ਅਤੇ ਦੋ ਹੋਰ ਸੰਸਦ ਮੈਂਬਰ ਸਨ। ਰਾਸ਼ਪਤੀ ਸ਼੍ਰੀਮਤੀ ਮਾਨਜੋਗ ਦਰੁਪਤੀ ਮਰਮੂ ਨੇ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰੇ ਲਈ ਖੁਸ਼ੀ ਅਤੇ ਸਨਮਾਨ ਵਾਲੀ ਗੱਲ ਹੈ ਕਿ ਮੈਂ ਨਿਊਜ਼ੀਲੈਂਡ ਵਾਸਤੇ ਭਾਈਚਾਰੇ ਦੇ ਵਿੱਚ ਖੜੀ ਹਾਂ। ਉਨ੍ਹਾਂ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਵਿੱਚ ਭਾਰਤੀਆਂ ਦੇ ਹੌਸਲੇ ਅਤੇ ਉਪलब्ਧੀਆਂ ਦੇ ਲਈ ਉਹ ਕੁਰਬਾਨ ਜਾਂਦੀ ਹੈ। ਉਨ੍ਹਾਂ ਆਪਣੇ ਸੰਬੋਧਨ ਵਿੱਚ ਨਿਊਜ਼ੀਲੈਂਡ ਦੇ ਸਾਬਕਾ ਗਵਰਨਰ ਜਨਰਲ ਆਨੰਦ ਸਤਿਆਨੰਦ ਦਾ ਜ਼ਿਕਰ ਕੀਤਾ ਅਤੇ ਮਾਉਂਟ ਐਵਰੇਸਟ ਦੀ ਸੋਟੀ ਸਰ ਕਰਨ ਵਾਲੇ ਭਾਰਤ ਸਰਕਾਰ ਵੱਲੋਂ ਮਰਨ ਅਪਰੰਤ ਪਦਮ ਵਿਭੂਸ਼ਣ ਨਾਲ ਸਨਮਾਨਿਤ ਨਿਊਜ਼ੀਲੈਂਡ ਦੇ ਐਡਮੰਡ ਹੈਲੈਰੀ ਨੂੰ ਵੀ ਯਾਦ ਕੀਤਾ। ਉਨ੍ਹਾਂ ਨਿਊਜ਼ੀਲੈਂਡ-ਭਾਰਤ ਦਰਮਿਆਨ ਸਿੱਖਿਆ ਤੇ ਵਪਾਰ ਦੀ ਗੱਲਬਾਤ ਕੀਤੀ। ਉਨਾ 1926 ਵਿੱਚ ਇੰਡੀਆ ਤੋਂ ਨਿਊਜ਼ੀਲੈਂਡ ਆਉਣ ਵਾਲੀ ਪਹਿਲੀ ਇੰਡੀਅਨ ਹਾਕੀ ਟੀਮ ਦਾ ਜ਼ਿਕਰ ਵੀ ਕੀਤਾ ਇਸ ਟੀਮ ਦੇ ਵਿੱਚ ਸਟਾਰ ਪਲੇਅਰ ਧਿਆਨ ਚੰਦ ਵੀ ਸਨ ਵਰਨਰ ਜੋਗਾ ਕਿ 1901 ਵਿੱਚ ਇੱਥੇ 24 ਭਾਰਤੀ ਸਨ 1936 ਵਿੱਚ 1200 ਭਾਰਤੀ ਸਨ ਰਾਸ਼ਪਤੀ ਨੇ ਐਲਾਨ ਕੀਤਾ ਕਿ ਆਕਲੈਂਡ ਵਿਖੇ ਭਾਰਤ ਦਾ ਦੂਜਾ ਸਫਾਰਤਖਾਨਾ ਜਲਦੀ ਖੋਲਿਆ ਜਾ ਰਿਹਾ ਹੈ ਉਹਨਾਂ ਇਹ ਵੀ ਕਿਹਾ ਕਿ ਭਾਰਤ ਦੁਨੀਆ ਦੀ ਜਲਦੀ ਹੀ ਤੇਜ਼ੀ ਵੱਡੇ ਆਰਥਿਕ ਸ਼ਕਤੀਬੰਦ ਵਾਲਾ ਹੈ ਨਿਊਜ਼ੀਲੈਂਡ ਦੇ ਆਕਲੈਂਡ ਤੋਂ ਹਰਜਿੰਦਰ ਸਿੰਘ ਬਸਿਆਲਾ ਦੀ ਅਗਲੀ ਖਬਰ ਅਨੁਸਾਰ ਨਿਊਜ਼ੀਲੈਂਡ ਦੀ ਸ਼ਾਨ ਆਕਲੈਂਡ ਸ਼ਹਿਰ ਦੀ jaan ਤੇ ਵਿਖਣ ਵਾਲੇ ਅਜੂਬੇ ਬੰਗਾ ਪ੍ਰਤੀਤ ਹੁੰਦਾ ਸਕਾਈ ਟਾਵਰ ਇਸ ਮਹੀਨੇ ਅਗਸਤ ਵਿੱਚ ਆਪਣਾ 7ਵਾਂ ਜਨਮ ਦਿਨ ਮਨਾ ਰਿਹਾ ਹੈ ਇਸੇ ਸੰਦਰਭ ਦੇ ਵਿੱਚ ਇਸ ਨੂੰ ਦੇਖਣ ਵਾਲੀਆਂ ਟਿਕਟਾਂ ਦੀ ਕੀਮਤ ਵਿੱਚ 27% ਦੀ ਛੋਟ ਦਿੱਤੀ ਜਾ ਰਹੀ ਹੈ ਟਾਵਰ ਦੀ ਉਚਾਈ 328 ਮੀਟਰ ਹੈ ਇਸ ਟਾਵਰ ਦੀ 190 ਮੀਟਰ ਦੀ ਉਚਾਈ ਤੇ ਜਾ ਕੇ ਦੋ ਸਿੱਖ ਲੀਆਂ ਮੰਜ਼ਲਾਂ ਤੇ ਕਾਫੀ ਹਾਊਸ ਅਤੇ ਰੈਸਟੋਰੈਂਟ ਬਣਾਏ ਗਏ ਹਨ 180 ਮੀਟਰ ਦੀ ਉਚਾਈ ਤੇ ਵੇਖਣ ਲਈ ਖੁੱਲੀਆਂ ਗੈਦਰੀਆਂ ਬਣਾਈਆਂ ਗਈਆਂ ਹਨ ਚੱਲਣ ਫਿਰਨ ਦੇ ਲਈ ਕੁਝ ਭਾਗ ਸ਼ੀਸ਼ੇ ਦਾ ਹੈ ਜਿਸ ਤੇ ਖੜੇ ਹੋ ਕੇ ਤੁਸੀਂ ਪੈਰਾ ਥੱਲੇ ਧਰਤੀ ਵੇਖ ਸਕਦੇ ਹੋ 192 ਮੀਟਰ ਦੀ ਉਚਾਈ ਤੇ ਇੱਕ ਸਕਾਈ ਰੋਪ ਜੰਪ ਵੀ ਹੈ ਜਿਸ ਤੋਂ ਜੰਪ ਕਰਨ ਵਾਲਾ 85 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਹੇਠਾਂ ਆਉਂਦਾ ਹੈ ਇਸ ਟਾਵਰ ਦੀਆਂ ਉਪਰੀਆਂ ਮੰਜ਼ਲਾਂ ਤੇ ਟੈਲੀਕਮਿਊਨੀਕੇਟ ਅਤੇ ਬ੍ਰਾਡਕਾਸਟਿੰਗ ਐਂਟੀਨਾ ਲੱਗੇ ਹੋਏ ਹਨ। ਇਸ ਟਾਵਰ ਨੂੰ ਬਣਾਉਣ ਦੇ ਲਈ 2 ਸਾਲ 9 ਮਹੀਨੇ ਦਾ ਸਮਾਂ ਲੱਗਾ ਅਤੇ 3 ਅਗਸਤ 1997 ਨੂੰ ਇਸ ਦਾ ਉਦਗਾਟਨ ਕੀਤਾ ਗਿਆ ਸੀ। ਨਿਊਜ਼ੀਲੈਂਡ ਦੇ ਆਕਲੈਂਡ ਤੋਂ ਹਰਜਿੰਦਰ ਸਿੰਘ ਬਸਿਆਲਾ ਦੀ ਇੱਕ ਅਗਲੀ ਖਬਰ ਅਨੁਸਾਰ ਨਿਊਜ਼ੀਲੈਂਡ ਦੀ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਲਾਟਰੀ ਲੋਟੋ ਦਾ ਅੱਜ ਸ਼ਨੀਵਾਰ ਨਿਕਲਵਾਰ ਡਰਾ ਨਿਕਲਿਆ ਹੈ। ਇਸ ਵਾਰ 44 ਮਿਲੀਅਨ ਡਾਲਰ ਤੱਕ ਇਹ ਪਹੁੰਚ ਗਿਆ ਸੀ ਕਿਉਂਕਿ ਲੱਕੀ ਨੰਬਰ ਕਿਸੇ ਦੇ ਨਿਕਲ ਨਹੀਂ ਰਿਹਾ ਸੀ ਆਕਲੈਂਡ ਦੇ ਕਿਸੇ ਭਾਗਸ਼ਾਲੀ ਦੀ ਕਿਸਮਤ ਦੇ ਵਿੱਚ ਇਹ ਪਹਿਲਾ ਇਨਾਮ ਨਿਕਲ ਹੀ ਆਇਆ ਅਤੇ ਸਕਿੰਟਾਂ ਦੇ ਵਿੱਚ ਮਿਲੀਅਨ ਡਾਲਰਾਂ ਦਾ ਮਾਲਕ ਬਣ ਗਿਆ ਪਹਿਲੇ ਕੁਲ ਇਨਾਮ ਦੀ ਰਾਸ਼ੀ 440 ਲੱਖ 60000 ਅਤੇ 670 ਡਾਲਰ ਸੀ ਜੇਕਰ ਇਸ ਦਾ ਭਾਰਤੀ ਕਰੰਸੀ ਵਿੱਚ ਮੁੱਲ ਪਾਇਆ ਜਾਵੇ ਤਾਂ ਇਹ 2 ਅਰਬ 1 ਕਰੋੜ ਤੋਂ ਵੱਧ ਦਾ ਇਨਾਮ ਬਣਦਾ ਹੈ ਇਸ ਤੋਂ علاوہ 14 ਲੋਕਾਂ ਨੂੰ ਪ੍ਰਤੀ ਵਿਅਕਤੀ 6670 ਡਾਲਰ ਦਾ ਇਨਾਮ ਵੀ ਨਿਕਲਿਆ ਤੇ ਦੋ ਲੋਕਾਂ ਨੂੰ 2.5 ਲੱਖ ਦਾ ਇਨਾਮ ਨਿਕਲਿਆ ਹੈ ਨਿਊਜ਼ੀਲੈਂਡ ਦੇ ਵਿੱਚ ਲੋਟੋ 1987 ਵਿੱਚ ਸ਼ੁਰੂ ਕੀਤੀ ਗਈ ਇਸ ਵੇਲੇ ਤੱਕ 280 ਵੱਡੇ ਇਨਾਮ ਲੋਕ ਜਿੱਤ ਚੁੱਕੇ ਹਨ ਲੋਟੋ ਦਾ ਬਚਿਆ ਪੈਸਾ ਕਮਿਊਨਿਟੀ ਦੇ ਚੰਗੇ ਕਾਰਜਾਂ ਵਿੱਚ ਲਾਇਆ ਜਾਂਦਾ ਹੈ ਹੁਣ ਤੱਕ 6 ਬਿਲੀਅਨ ਡਾਲਰ ਸਮਾਜਿਕ ਕਾਰਜਾਂ ਦੇ ਲਈ ਵੰਡਿਆ ਜਾ ਚੁੱਕਾ ਹੈ ਤੇਜ ਦਵਾਤਾ ਟੀਵੀ ਤੇ ਕੁਝ ਗੱਲਾਂ ਫਿਲਮਾਂ ਦੀਆਂ ਬਾਲੀਵੁੱਡ ਅਦਾਕਾਰ ਅਮੀਰ ਖਾਨ ਦਾ ਕਹਿਣਾ ਹੈ ਕਿ ਉਹ ਹਰ ਚੰਗੀ ਫਿਲਮ ਵਿੱਚ ਕੰਮ ਨਹੀਂ ਕਰ ਸਕਦਾ ਕਿਉਂਕਿ ਉਹ ਹੁਣ ਓਵਰ ਦੇ ਅਦਾਕਾਰਾਂ ਦੇ ਲਈ ਮੌਕੇ ਪੈਦਾ ਕਰਨਾ ਚਾਹੁੰਦਾ ਹੈ ਇਸ ਲਈ ਫਿਲਮ ਲਾਪਤਾ ਲੇਡੀਜ਼ ਬਣਾਉਣ ਦਾ ਫੈਸਲਾ ਇਸੇ ਭਾਵਨਾ ਨਾਲ ਲਿਆ ਗਿਆ ਕਿਰਨ ਰਾਓ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਬੀਤੀ ਸ਼ਾਮ ਸੁਪਰੀਮ ਕੋਰਟ ਵਿੱਚ ਜੱਜਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿਖਾਈ ਗਈ ਇਸ ਦੌਰਾਨ ਚੀਫ ਜਸਟਿਸ ਡੀ.ਵਾਈ ਚੰਦਰਚੂਰ ਨੇ ਅਮੀਰ ਖਾਨ ਅਤੇ ਕਿਰਨ ਰਾਓ ਦਾ ਸਵਾਗਤ ਕੀਤਾ ਫਿਲਮ ਖਤਮ ਹੋਣ ਮਗਰੋਂ ਅਮੀਰ ਖਾਨ ਦਾ ਕਹਿਣਾ ਹੈ ਕਿ ਕਰੋਨਾ ਕਾਲ ਦੌਰਾਨ ਉਸ ਦੇ ਕੋਲ ਆਪਣੇ ਕੈਰੀਅਰ ਬਾਰੇ ਚਿੰਤਾ ਕਰਨ ਦੇ ਲਈ ਕਾਫੀ ਸਮਾਂ ਸੀ ਮੈਂ ਉਸ ਵੇਲੇ 56 ਸਾਲ ਦਾ ਸੀ ਅਤੇ ਮੈਂ ਸੋਚਿਆ ਕਿ ਮੇਰੇ ਕੋਲ ਕੰਮ ਕਰਨ ਦੇ ਲਈ 15 ਹੋਰ ਸਾਲ ਹਨ ਮੈਂ 70 ਸਾਲ ਦੀ ਉਮਰ ਤੱਕ ਕੰਮ ਕਰਾਂਗਾ ਇਸ ਤੋਂ ਬਾਅਦ ਪਤਾ ਨਹੀਂ ਕੀ ਹੋਵੇਗਾ ਉਸਨੇ ਕਿਹਾ ਕਿ ਪਿਛਲੇ ਇਹਨਾਂ ਸਾਲਾਂ ਵਿੱਚ ਜੋ ਮੈਂ ਕੁਝ ਸਿੱਖਿਆ ਹੈ ਉਹ ਮੈਂ ਫਿਰ ਵੀ ਦੁਨੀਆ ਨੂੰ ਵਾਪਸ ਦੇਣਾ ਚਾਹੁੰਦਾ ਹਾਂ ਮੈਨੂੰ ਸਿਨੇਜਗਤ ਸਮਾਜ ਅਤੇ ਦੇਸ਼ ਨੇ ਬਹੁਤ ਕੁਝ ਦਿੱਤਾ ਮੈਂ ਸੋਚਿਆ ਕਿ ਅਦਾਕਾਰ ਬਜੋਂ ਮੈਂ ਸਾਰ ਵਿੱਚ ਇੱਕ ਫਿਲਮ ਕਰ ਰਿਹਾ ਹਾਂ ਪਰ ਨਿਰਮਾਤਾ ਵਜੋਂ ਤਾਂ ਕਈ ਫਿਲਮਾਂ ਬਣਾ ਸਕਦਾ ਹਾਂ ਜਿਸ ਕਰਕੇ ਮੈਂ ਅਜਿਹਾ ਅਪਰਾਲਾ ਕੀਤਾ ਹੈ ਬਾਲੀਵੁੱਡ ਅਦਾਕਾਰ ਨਿਰਦੇਸ਼ਕ ਅਤੇ ਲੇਖਕ ਫਰਹਾਨ ਅਖਤਰ ਦੀ ਫਿਲਮ ਦਿਲ ਚਾਹਤਾ ਹੈ ਦੇ ਅੱਜ 23 ਸਾਲ ਪੂਰੇ ਹੋ ਗਏ ਹਨ ਬਾਲੀਵੁੱਡ ਵਿੱਚ ਇਹ ਉਸਦੀ ਪਹਿਲੀ ਫਿਲਮ ਸੀ ਅਦਾਕਾਰ ਨਿਰਦੇਸ਼ਕ ਨੇ ਅੱਜ ਫਿਲਮ ਦੇ 23 ਸਾਲ ਪੂਰੇ ਹੋਣ ਤੇ ਜਸ਼ਨ ਮਨਾਉਣ ਦੀ ਵੀਡੀਓ ਸਾਂਝੀ ਕਰਦੇ ਆਂ ਲਿਖਿਆ ਹੈ ਕਿ ਇਹ ਹੈ ਜ਼ਿੰਦਗੀ ਭਰ ਦੀ ਦੋਸਤੀ ਫਿਲਮ ਦੇ ਕਲਾਕਾਰ ਟੀਮ ਅਤੇ ਚਾਉਣ ਵਾਲਿਆਂ ਨੇ ਇਸ ਫਿਲਮ ਦਿਲ ਚਾਹਤਾ ਹੈ ਨੂੰ 23 ਸਾਲ ਜਿਉਂਦਾ ਰੱਖਿਆ ਐਕਸਲ ਇੰਟਰਟੇਨਮੈਂਟ ਦੇ ਬੈਨਰ ਹੇਠ ਰੀਲਿਜ਼ ਹੋਈ ਇਸ ਫਿਲਮ ਵਿੱਚ ਅਮੀਰ ਖਾਨ ਸੈਫ阿里 ਖਾਨ ਅਕਸ਼ੇ ਖੰਨਾ ਅਤੇ ਪ੍ਰੀਤੀ ਜੰਟਾ ਮੋਖੋਪੂਮਗਾ ਵਿੱਚ ਸਨ